ਬਲਦੇਵ ਸਿੰਘ ਦੀ ਕਹਾਣੀ ਹੈ ਸਿਉਂਕ ਕਰਮੇ ਨੇ ਕਾਲੇ ਤੇਲ ਨਾਲ ਲਿਬੜੇ ਹੱਥ ਆਪਣੇ ਕੁੜਤੇ ਦੇ ਪਿਛਲੇ ਪਾਸੇ ਖਸਾ ਕੇ ਪੁੰਝ ਲੈ ਤੇ ਖੱਬੇ ਹੱਥ ਨਾਲ ਕੁਲਜੀਆਂ ਜਟੂਰੀਆਂ ਖੁਰਕਣ ਲੱਗਾ ਕੋਲ ਬੈਠੇ ਇੱਕ ਸਾਊ ਜੇ ਦਿੱਸਦੇ ਆਦਮੀ ਨੇ ਉਹਨੂੰ ਵੇਖ ਕੇ ਨੱਕ ਸਕੋੜਿਆ ਤੇ ਫਿਰ ਉਹਨੂੰ ਪਰਾਂ ਤੱਕਦਾ ਬੋਲਿਆ ਕਿਤੇ ਹੋਰ ਨਹੀਂ ਮਰੀਦਾ ਜਾ ਕੇ ਸਾੜਾ ਜੂਆ ਛਾੜਦਾ ਫਿਰਦਾ ਕਰਮਾ ਕੁਝ ਪਰਾਂ ਖਿਸਕ ਗਿਆ ਪਰ ਉਹਦੀ ਨਿਗਾਹ ਮੰਝੇ ਉੱਪਰ ਖਿਲਰੇ ਅਗੜ ਦੁਗੜੇ ਨੋਟਾਂ ਦੀ ਨਿੱਕੀ ਜਿਹੀ ਢੇਰੀ ਉੱਪਰ ਜਿਉਂ ਦੀ ਤਿਉਂ ਜੰਮੀ ਰਹੀ ਇਹ ਨਹਿਸ਼ਾ ਵਾਲਾ ਜਿੰਨਾ ਚਿਰ ਸਿਰ ਤੇ ਖੜਾ ਰਿਆ ਮੈਨੂੰ ਤਾਂ ਚੱਜ ਦਾ ਪੱਤਾ ਨਹੀਂ ਆਉਣਾ ਮਾੜੀ ਨੀਤ ਵਾਲਾ ਕਿਸੇ ਹੋਰ ਨੇ ਕਰਮੇ ਵੱਲ ਤਿਉੜੀ ਪਾ ਕੇ ਬੁਰਬੁਰਜੀ ਕੀਤੀ ਉਥੇ ਹਰ ਰੋਜ਼ ਜੂਆ ਚੱਲਦਾ ਰਹਿੰਦਾ ਹੈ ਹੋਰਿਆਮ ਸਿੰਘ ਗਿੱਲ ਦਾ ਗੈਰੇਜ ਹੈ ਗੱਡੀਆਂ ਦੇ ਵੇਲੇ ਮਾਲਕ ਤੇ ਜਿਨ੍ਹਾਂ ਨੂੰ ਝੱਸ ਹੈ ਉਹ ਵੱਲ ਭੰਨ ਕੇ ਟਾਈਮ ਪਾਸ ਕਰਨ ਲਈ ਇਹੋ ਜਿਹੇ ਰੁਝੇਵਾਂ ਛੇੜ ਲੈਂਦੇ ਐ ਕਦੇ ਸੀਪ ਕਦੇ ਪੱਤੇ ਜੋੜਨ ਕਦੇ ਚੋਲਾ ਤੇ ਕਦੀ ਤਿੰਨ ਪਤੀ ਚਾਹ ਸ਼ਰਾਬ ਦੇ ਦੌਰ ਵੀ ਚੱਲਦੇ ਐ ਇਹ ਆਮ ਜੀ ਗੱਲ ਹੋ ਗਈ ਐ ਕਈ ਵਾਰ ਪੁਲਿਸ ਫੜਕੇ ਲੈ ਜਾਂਦੀ ਐ ਇੱਕ ਅੱਧ ਦਿਨ ਖੇਡ ਬੰਦ ਰਹਿੰਦੀ ਐ ਫਿਰ ਸ਼ੁਰੂ ਹੋ ਜਾਂਦੀ ਐ ਉਥੇ ਹਰ ਰੋਜ਼ ਮਹਿਫਲ ਜੁੜਦੀ ਐ ਇਹ ਕੋਈ ਅਚੰਬੇ ਵਾਲੀ ਗੱਲ ਨਹੀਂ ਕਈ ਦਿਨ ਮਹਿਫਲ ਨਹੀਂ ਲੱਗਦੀ ਤਾਂ ਜ਼ਰੂਰ ਕਈਆਂ ਲਈ ਅਚੰਬਾ ਬਣ ਜਾਂਦਾ ਐ ਵਰੀਆਮ ਸਿੰਘ ਨੇ ਪਹਿਲਾਂ ਘੂਰ ਕੇ ਕਰਮੇਵਾਲ ਵੇਖਿਆ ਫਿਰ ਮੰਝੇ ਉਪਰੋਂ ਪੰਜਾਂ ਦਾ ਇੱਕ ਨੋਟ ਚੁੱਕ ਕੇ ਕਰਮੇ ਨੂੰ ਆਜ਼ਮਾਰੇ ਓਏ ਚੁੱਲੂ ਮਾਸਟਰ ਤੈਨੂੰ ਆਖਿਆ ਇਉਂ ਨਾ ਖੜਿਆ ਕਰ ਉੱਤੇ ਲੰਗੜੀ ਬਣਦੀ ਬਣਦੀ ਟੁੱਟ ਗਈ ਦੁੱਕੀ ਤਿੱਕੀ ਦੇਖੀ ਚਿੱਤ ਖੁਸ਼ ਹੋ ਗਿਆ ਗਾਂ ਸਾਲਾ ਗੋਲਾ ਜਾ ਨਿਕਲੇ ਜਾ ਪੀਲਾ ਮਰਲਾ ਜਾ ਕੇ ਨਾਲੇ ਉੱਥੇ ਮੋੜ ਤੇ ਹੀ ਰਹੀਂ ਪੁਲਿਸ ਦੀ ਜੀਪ ਜੂਪ ਆਉਂਦੀ ਹੋਈ ਤਾਂ ਦੱਸੇ ਕਰਮੇ ਨੇ ਲਾਂਗੇ ਚੱਪਟ ਮਾਰ ਕੇ ਨੋਟ ਫੜਿਆ ਤੇ ਸਿੱਧਾ ਉਸ ਬੁੱਢੀ ਤੀਵੀ ਦੀ ਨੇਰੀ ਕੂਟੜੀ ਵੱਲ ਤੁਰ ਪਿਆ। ਉੱਥੇ ਚਲਾਈ ਤੋਂ ਬਣਾਈ ਸਸਤੀ ਸ਼ਰਾਬ ਵਿਕਦੀ ਐ। ਸਾਡੇ ਆਦਮੀਆਂ ਨੂੰ ਚੁੱਲੂ ਕਹਿੰਦੇ ਐ। ਤੇ ਕਰਮਾ ਕਰਮ ਸਿੰਘ ਬਰਾੜ ਬਣਦਾ ਬਣਦਾ ਹੌਲੀ-ਹੌਲੀ ਕਰਮੇ ਤੋਂ ਚੁੱਲੂ ਖੋਰ ਤੇ ਚੁੱਲੂ ਮਾਸਟਰ ਬਣ ਗਿਆ। ਸਵੇਰ ਤੋਂ ਰਾਤ ਤੱਕ ਉਹ ਚੁੱਲੂ ਪਿੰਦਾ ਖੈਣੀ ਖਾਂਦਾ ਆਫੇ ਮਿਲ ਜਾਏ ਉਹ ਵੀ ਨਹੀਂ ਛੱਡਦਾ। ਸੁੱਤੇ ਪਏ ਦੇ ਮੂੰਹ 'ਚ ਵੀ ਖੈਣੀ ਰਹਿੰਦੀ ਐ। ਕਈ ਵਾਰ ਸੁੱਤਿਆਂ ਹੀ ਖੈਣੀ ਅੰਦਰ ਲੰਘ ਜਾਂਦੀ ਐ, ਉਲਟੀਆਂ ਆਉਂਦੀਆਂ ਪਰ ਕੀ ਕਰੇ? ਨਸ਼ੇ ਫੁੱਲ ਹੋયા ਬਿਨਾ ਉਹਨੂੰ ਨੀਂਦ ਨਹੀਂ ਆਉਂਦੀ। ਜਿਸ ਦਿਨ ਚੁੱਲੂ ਨਹੀਂ ਮਿਲਦਾ, ਕਮਲਾ ਜਿਹਾ ਹੋਇਆ ਗੈਰੇ ਦੇ ਇਧਰ ਉਧਰ ੱਟਕੇ ਖਾਂਦਾ ਫਿਰਦਾ ਰਹਿੰਦਾ। ਹੱਡ ਪੈਰ ਟੁੱਟਣ ਲੱਗਦੇ ਐ, ਕੜੱਲਾਂ ਪੈਣ ਲੱਗ ਜਾਂਦੀਆਂ। ਕਦੇ-ਕਦੇ ਤਾਂ ਮੂੰਹ ਤੇ ਸੋਜੇਸ਼ ਆ ਜਾਂਦੀ ਐ। ਮੂੰਹ ਮੱਥੇ ਲੱਗਦੇ ਲੋਕ ਉਹਨੂੰ ਰੁਪਈਆ ਥੇਲਾ ਦਿੰਦੇ ਰਹਿੰਦੇ ਐ। ਵਰੇਆਮ ਸਿੰਘ ਗਿਲ 2-4 ਰੁਪਏ ਕਦੇ ਦੇ ਦਿੰਦਾ ਉਹਦਾ ਰੋਟਾ ਰੋਟੀ ਪਾਣੀ ਚੱਲਦਾ ਰਹਿੰਦਾ ਕਦੇ-ਕਦੇ ਕੁਝ ਹਮਦਰਦ ਸਲਾਹ ਵੀ ਦਿੰਦੇ ਰਹਿੰਦੇ ਐ ਕੰਜਰਾ ਇੱਥੇ ਵੈਂਗਣ ਫੜਦਾ ਪੈਨ ਉੱਠ ਜਾ ਜੇ 2-4 ਸਾਲ ਕੱਟਣੇ ਆ ਤਾਂ ਇੱਥੇ ਤਾਂ ਕਿਸੇ ਨੇ ਮਿੱਟੀ ਵੀ ਨਹੀਂ ਖੰਟਣੀ ਕੁੱਤਿਆਂ ਵਾਂਗੂ ਰੁਲੇਗਾ ਬਥੇਰੀ ਤੂੰ ਡਰਾਈਵਰੀ ਸਿੱਖ ਲੈ ਨਾਲੇ ਬਣ ਗਿਆ ਗੱਡੀਆਂ ਦਾ ਮਾਲਕ ਤੇ ਫਿਰ ਕਦੇ ਕੋਈ ਹੱਸ ਕੇ ਆਖਦਾ ਵਾਓ ਇਹ ਕਲਕੱਤਿਆ ਥੋੜਿਆਂ ਨੂੰ ਬਣਾਇਆ ਤੇ ਬਹੁਤੇਆਂ ਨੂੰ ਪਟਿਆ ਹਾਸਤਾ ਕਦੇ-ਕਦੇ ਉਹ ਵੀ ਆਪਣੇ ਹਾਲ ਤੇ ਪੈਂਦਾ ਹੈ। ਉਹਨਾਂ ਦੀ ਜੂਨ ਕਿਹੜਾ ਘਟਾ ਹੈ ਕੁੱਤਿਆਂ ਨਾਲੋਂ। ਪਰ ਜਦੋਂ ਕੋਈ ਪਿੰਡ ਜਾਣ ਦੀ ਗੱਲ ਕਰਕੇ ਕਰਮੇ ਨੂੰ ਪਿੰਡ ਚੇਤੇ ਕਰਾ ਦਿੰਦਾ ਹੈ ਤਾਂ ਉਹ ਸਾਰਿਆਂ ਤੋਂ ਪਾਸੇ ਹੋ ਕੇ ਚੁੱਪਚਾਪ ਅੱਥਰੂ ਵਹਾਉਂਦਾ ਰਹਿੰਦਾ ਹੈ। ਕਈ ਉਹਨੂੰ ਡੋ 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 ਰੋਪਿਆ ਵੀ ਰੋਪਿਆ ਆਖੇ ਹੋਰ ਚੜਾਉਂਦੇ ਆ। ਕਈ ਉਹ ਛੱਡੋ ਪਰਾਂ ਕਿ ਉਹ ਛੇੜਦੇ ਹਾਂ ਕਮਲੇ ਨੂੰ ਆਖੇ ਉਹਨਾਂ ਨੂੰ ਵਰਜ ਦਿੰਦੇ ਆ। ਕਰਮਾਂ ਗਰਾਜ ਦੀਆਂ ਕੰਧਾਂ ਨੂੰ ਲਿਪਟ ਕੇ ਰੋਂਦਾ। ਗੱਡੀਆਂ ਤੇ ਟਾਇਰਾਂ ਨਾਲ ਮੂੰਹ ਲਾ ਕੇ ਮੰਨ ਦੀ ਭੜਾਸ ਕੱਢਦਾ ਉਹਨੂੰ ਆਪਣਾ ਦੁੱਖ ਜਾਣਨ ਵਾਲਾ ਕੋਈ ਵੀ ਨਹੀਂ ਮਿਲਿਆ ਇਹੋ ਜੇ ਮਹਾਨਗਰ 'ਚ ਰਿਸ਼ਤੇਦਾਰੀਆਂ ਹਮਦਰਦੀਆਂ ਦਿਲਾਸੇ ਪਿਆਰ ਨਫ਼ਰਤ ਸਭ ਕਾਰੋਬਾਰੀ ਹੁੰਦੀ ਹੈ ਕਰਮੇ ਨੂੰ ਇਹਨਾਂ ਬਰਿਆਂ 'ਚ ਬਾਰ-ਬਾਰ ਆਪਣਾ ਪਿੰਡ ਚ ਇੱਤੇ ਆਇਆ ਆਪਣੀ ਮਾਂ ਆਪਣਾ ਬਾਪੂ ਉਹ ਗਲੀਆਂ ਉਹ ਖੇਤ ਤੇ ਜਦੋਂ ਸਾਰਾ ਕੁਝ ਉਹਦੇ ਵੱਸੋਂ ਬਾਰਾ ਹੋ ਜਾਂਦਾ ਹੈ ਰੋਣ ਉਸ ਕੋਲੋਂ ਰੋਕਿਆ ਵੀ ਨਹੀਂ ਰੁਕਦਾ ਉਹਨੂੰ ਸਮਝ ਨਹੀਂ ਆਉਂਦੀ ਕਿਉਂ ਉਹਦੇ ਬਾਪੂ ਨੇ ਉਹਨੂੰ ਇਉਂ ਤੋੜ ਕੇ ਸੁੱਟ ਦਿੱਤਾ ਇਹਨਾਂ ਸਾਲਾਂ 'ਚ ਇੱਕ ਵਾਰੀ ਵੀ ਆਉਂਦਾ ਤੇ ਦੇਖ ਜਾਂਦਾ ਉਹਦਾ ਗੱਭਰੂ ਪੁੱਤ ਕਿਹੜੀ ਖੱਟੀ-ਖੱਟੀ ਬੈਠਾ ਹੈ ਕਿੰਨੇ ਚਾ ਨਾਲ ਉਹਦੇ ਬਾਪੂ ਨੇ ਆਖਿਆ ਸੀ ਕਰਮਿਆਂ ਬੁਰਿਆਮਸਿਓ ਮੰਨ ਗਿਆ ਉਹ ਤੈਨੂੰ ਕਲਕੱਤੇ ਲੈ ਜਾਊਗਾ ਤੇ ਉਹਦੇ ਪੈਰ ਧਰਤੀ ਤੇ ਨਹੀਂ ਸੀ ਲੱਗਦੇ ਇਹ ਗੱਲਾਂ ਬਹੁਤੀਆਂ ਪੁਰਾਣੀਆਂ ਨਹੀਂ ਸਨ ਪੰਜ ਕੁ ਸਾਲ ਹੀ ਹੋਏ ਆ ਅਜੇ ਕੱਲ ਦੀ ਗੱਲ ਹੈ ਉਦੋਂ ਬਰਿਆਮ ਸਿੰਘ ਗਿੱਲ ਪਿੰਡ ਗਿਆ ਹੋਇਆ ਸੀ ਸੁਖਸੰਤ ਪੁੱਛਣ ਦੇ ਬਹਾਨੇ ਕਰਮੇ ਦਾ ਬਾਪੂ ਕਰਤਾਰਾ ਹੋਰ ਸੁਣਾਵ ਰਿਆਮ ਸਿਆਂ ਬਾਕੀ ਮਹਾਨਤਾ ਤਕੜਾ ਪੁੱਛ ਕੇ ਆਪਣੀ ਦਿਲਿੱਦਰੀ ਦੇ ਕਿਸੇ ਛੇੜ ਬੈਠਾ ਬਰਿਆਮ ਸਿਆਂ ਵਾਈਆਂ ਵਾਈਆਂ ਵੀ ਤਕੜੀਆਂ ਆਂਦੀਆਂ ਮਾੜੇ ਜੱਟ ਨਾਲ ਤਾਂ ਸਿਰੀ ਚੰਗੇ ਐ ਉਹਨਾਂ ਨੂੰ ਫਿਕਰ ਤਾਂ ਨਹੀਂ ਕੋਈ ਮਾਮਲਾ ਤਾਂ ਨਹੀਂ ਤਾਰਨਾ ਰੇ ਦੇ ਪੈਸੇ ਤਾਂ ਨਹੀਂ ਦੇਣੇ ਗਊ ਦੀ ਸੋ ਹਰ ਸਾਲ ਸਿਆੜ ਘਟ ਦੇ ਘਟ ਦੇ ਜਾਂਦੇ ਆ ਇੰਨਾਂ ਤੱਕ ਕੋਲ ਮਰਲਾ ਨਹੀਂ ਬਚਣੀ ਕਰਮਾ ਐਵੇਂ ਅੱਕੀ ਪੁਲਾਹੀ ਹੱਥ ਮਾਰਦਾ ਫਿਰਦਾ ਰਹਿੰਦਾ ਹੈ ਹਾੜੀ ਸੋਣੀ ਲੈਣ ਦੇਣ ਨੂੰ ਕੱਖ ਭੱਲੇ ਨਹੀਂ ਪੈਂਦਾ ਜੇ ਬਾਈ ਸਿਆ ਤੂੰ ਕਰਮੇ ਨੂੰ ਕਲਕੱਤੇ ਲੈ ਜਾਏ ਮੈਂ ਤੇਰਾ ਸਾਰੀ ਉਮਰ ਹਸਾਨ ਨਹੀਂ ਭੁੰਦਾ ਮੇਰੇ ਭਾ ਦਾ ਤੂੰ ਰੱਬ ਹੋਵੇਂਗਾ ਭਰਾਵਾ ਮੈਂ ਤੇਰਾ ਸੀਰੀ ਬਣ ਕੇ ਕੰਮ ਕਰੂੰ ਤਕੜਿਆਂ ਵੱਲ ਤਾਂ ਸਾਰੀ ਵਿੰਦੇ ਐ ਤੂੰ ਮੇਰੀ ਗਰੀਬ ਦੀ ਬਾਹ ਫੜ ਗੱਡੀ ਗੁੱਡੀ ਸਿੱਖ ਕੇ ਵਿਚਾਰਾ ਜੇ ਆਪਣੀ ਕਬੀਲਦਾਰੀ ਸਿਹੜੂ ਪਾਰਤਾ ਲੱਗਜੋ ਆ ਦੇਖ ਉਹਨੇ ਆਪਣੇ ਦੋਵੇਂ ਹੱਥ ਜੋੜ ਕੇ ਆਖਿਆ ਮੇਰੀ ਮਿਹਨਤ ਹੈ ਮੈਂ ਸੁੱਕੀ ਧਰਤੀ ਤੇ ਬੈਠਾ ਏਸੇ ਨੂੰ ਨਮਸਕਾਰ ਕਰਕੇ ਆਖਦਾ ਮੈਂ ਤੇਰਾ ਦੋਹੀ ਵੇਲੀ ਜਸ ਗਾਉ ਤੇ ਫਿਰ ਜਿੰਨਾ ਚਿਰਤੀ ਕਰ ਬਰਿਆਮ ਸਿੰਘ ਨੇ ਹਾਂ ਨਹੀਂ ਕੀਤੀ ਸੀ ਕਰਤਾਰਾ ਸਜੇ ਹੱਥ ਦੇ ਅੰਗੂਠੇ ਨਾਲ ਦੀ ਉਂਗਲ ਦੇ ਵਧੇ ਨੌਨ ਨਾਲ ਆਪਣੀ ਉਲਜੀ ਕਬੀਲਦਾਰੀ ਵਰਗੀਆਂ ਊਲ ਜਲੂਲ ਲਕੀਰਾਂ ਕੱਢਦਾ ਰਿਹਾ ਸੀ ਤੇ ਹੋਰ ਪਤਾ ਨਹੀਂ ਕੀ ਕੁਝ ਬੋਲਦਾ ਰਿਹਾ ਸੀ ਵਰੀਆਮ ਸਿੰਘ ਗਿੱਲ ਦੀ ਟੌਰੀ ਅਜਾਈ ਹੈ ਪਿੰਡ ਦਾ ਹਰ ਕੋਈ ਉਸ ਵੱਲ ਰਸ਼ਕ ਨਾਲ ਵੇਖਦਾ ਹੈ ਹਰ ਸਾਲ ਜਿਵੇਂ ਉਹ ਪਹਿਲਾਂ ਨਾਲੋਂ ਵੀ ਛੋਟਾ ਹੋ ਜਾਂਦਾ ਹੋਵੇ ਟੈਰੀ ਕਾਟਨ ਦੀ ਕੇ ਰੰਗ ਕੋੜਤਾ ਪਜਾਮਾ ਉੱਪਰੋਂ ਦੀ ਨਹਿਰੂ ਜੈਕਟ ਬਾਟਾ ਦੀ ਚਮਕਦੀ ਗੁਰਗਾਭੀ ਫਿਕਸੋ ਨਾਲ ਖੜੀਆਂ ਕੀਤੀਆਂ ਮੁੱਛਾਂ ਤੇ ਪੱਗ ਦੇ ਪਿਛਲੇ ਪਾਸੇ ਲੜ ਟੁੰਗਣ ਲੱਗਿਆ ਉਹ ਨਿੱਕੀ ਜੀਪ ਫਰਲੀ ਛੱਡ ਕੇ ਰੱਖਦਾ ਹੈ ਬੋਦੀ ਵਾਲੀ ਚਿੜੀ ਦੇ ਪੁੰਝੇ ਵਰਗੀ ਕੋਈ ਪਿੱਠ ਪਿੱਛੇ ਇਹਨੂੰ ਫਰਲੀ ਵਾਲਾ ਆਖਦੀ ਹੈ ਪਰ ਸਾਹਮਣੇ ਗਿੱਲ ਸਾਪ ਤੇ ਬਰਿਆਮ ਸਿੰਘਾਂ ਬਿਨਾ ਕੋਈ ਨਹੀਂ ਬੁਲਾਉਂਦਾ ਕਰਮੇ ਦੇ ਬਾਪੂ ਨੇ ਸੋਚਿਆ ਸੀ ਰੱਬ ਦੇ ਘਰ ਨੇਰਤਾ ਨਹੀਂ ਹੈ ਕਦੇ ਸਾਡਾ ਕਰਮਾ ਵੀ ਐਉਂ ਚਮਕਦੀ ਗੁਰਗਾਬੀ ਪਾ ਕੇ ਪਿੰਡ ਦੀਆਂ ਗਲੀਆਂ ਵਿੱਚੋਂ ਦੀ ਚਿਰਕ ਚਿਰਕ ਕਰਦਾ ਲੰਗੇਗਾ ਲੋਕ ਕਹਿਣਗੇ ਆ ਕਰਮਸੂ ਬਰਾੜ ਆਇਆ ਬਈ ਕਲਕੱਤੇ ਵਾਲਾ ਤੇ ਬਰਿਆਮ ਸਿੰਘ ਜਦੋਂ ਕਲਕੱਤੇ ਗਿਆ ਸੀ ਘਰ ਭੰਗ ਭੁੱਜਦੀ ਸੀ ਤੇ ਅੱਜ ਚੁਬਾਰੇ ਪਾਈ ਬੈਠਾ 2 ਵੈਲਰ ਲਈ ਬੈਠਾ ਹੈ ਤੇ ਜੱਟ ਕੱਪੜਿਆਂ ਵਿੱਚ ਭੋਰਾ ਵੱਟ ਕਿਹੜਾ ਪੈਣ ਦਿੰਦਾ ਅਸੀਂ ਕਿਹੜੇ ਰੱਬ ਦੀ ਮੂੰਗੀ ਪੱਟੀ ਐ ਕੀ ਪਤਾ ਨੇੜੇ ਹੋ ਕੇ ਸੁਣ ਲੈ ਤੇ ਹੁਣ ਤਾਂ ਇਸ ਉਸ ਲਈ ਬਰਿਆਮ ਸਿੰਘ ਗਿਲਵੀ ਕਿਸੇ ਰੱਬ ਨਾਲੋਂ ਘੱਟ ਨਹੀਂ ਸੀ ਤੇ ਕਰਮੇ ਲਈ ਵੀ ਉਦੋਂ ਕਲਕੱਤਾ ਕਿਸੇ ਪਰੀਆਂ ਦੇ ਦੇਸ਼ ਨਾਲੋਂ ਘੱਟ ਨਹੀਂ ਸੀ ਕਰਮਾ ਜਿਹੜਾ ਰੁੱਖੀਆਂ ਮਿਸੀਆਂ ਖਾਂਦਾ ਵੀ 6 ਫੁੱਟ ਕੱਦ ਕਰ ਗਿਆ ਸੀ ਹੱਡਾਂ ਪੈਰਾਂ ਦਾ ਮੋਕੜਾ ਢਾਈ ਮਣ ਦੀ ਬੁਰੀ ਨੂੰ ਪੱਬ ਨਹੀਂ ਸੀ ਲੱਗਣ ਦਿੰਦਾ ਹਾੜੀ ਵਿਲੇ ਜਿੱਦ ਕੇ ਕਣਕ ਵੱਢਣ ਵਿੱਚ ਕਈ ਵਾਰੋਂ ਨੇ ਸ਼ਰਤ ਲਾ ਕੇ ਸੇਰ ਪੱਕਾ ਦੇਸੀ ਕਿਉਂ ਜਿੱਤਿਆ ਸੀ ਕੋਨਾ ਐ ਨਾ ਪਿੰਡ ਦੇ ਜਿਹੜੇ ਬੰਦੇ ਨੂੰ ਲੋੜ ਪੈ ਗਈ ਕਰਮਿਆਂ ਛਟੀਆਂ ਦੀ ਟਰਾਲੀ ਲੱਦਣੀਆਂ ਯਾਰ ਕਰਮੇ ਨੇ ਹੱਸ ਕੇ ਆਖਣਾ ਤਾਇਆ ਜੀਆ ਕਹਾਣੀ ਕੋਈ ਨਹੀਂ ਮੈਂ ਪੱਠੇ ਸੇਟਾਂ ਵਾਂ ਅੱਧੀ ਅੱਧੀ ਰਾਤ ਉੱਠ ਕੇ ਉਹ ਲਹਾਜੀਆਂ ਨਾਲ ਪਾਣੀ ਲਾਉਣ ਤੁਰ ਜਾਂਦਾ ਹੱਸ ਮੁਖ ਐ ਨਾ ਫੜੇ ਚ ਬੁੜਿਆਂ ਦੇ ਖੁੰਡਿਲ ਕੋ ਦਿੰਦਾ ਜੁੱਤੀਆਂ ਚੁੱਕ ਲੈਂਦਾ ਖੇਤਾਂ ਚ ਹਾਲੀਆਂ ਦੀਆਂ ਰੋਟੀਆਂ ਚੁਰਾ ਕੇ ਖਾ ਜਾਂਦਾ ਹਾਲੀਆਂ ਦੀ ਰੋਟੀ ਲਈ ਜਾਂਦੀ ਕੋਈ ਘਰਾਂ ਚੋਂ ਲੱਗਦੀ ਭਾਬੀ ਦੇ ਸਿਰੋਂ ਧੱਕੇ ਨਾਲ ਅੱਸੀ ਵਾਲਾ ਕੁਜਾ ਲਾ ਕੇ ਲੱਸੀ ਪੀ ਜਾਂਦਾ ਉਹ ਖੇਤ ਪਹੁੰਚ ਕੇ ਉਲੰਬਾ ਦਿੰਦੀ ਲੱਸੀ ਤਾਂ ਰੁੜ ਜਾਣਾ ਘਰਮਾ ਪੀ ਗਿਆ ਉਹ ਗੋਹਾਲੀ ਹਾਸ ਛੱਡਦਾ ਕਦੇ ਰਾਹ ਖੜੇ ਇਕੱਲੇ ਇਕ ਤੁ ਇਕੱਲੇ ਨੂੰ ਭੂਤ ਬਣ ਕੇ ਅਲ ਬਲਲੀਆਂ ਆਵਾਜ਼ਾਂ ਕੱਢ ਕੇ ਡਰਾਉਂਦਾ ਉਹਦੀ ਗੱਲ ਦਾ ਗੁੱਸਾ ਕੋਈ ਘਟ ਹੀ ਕਰਦਾ ਪਿੰਡਾਂ ਚ ਜਿਨ੍ਹਾਂ ਬੋਲੀਆਂ ਇਹ ਕਤਲਕ ਵਰਗੀਆਂ ਵਾਰਦਾਤਾਂ ਹੋ ਜਾਂਦੀਆਂ ਜੇ ਕਰਮਾ ਕਿਸੇ ਨੂੰ ਜਿਹੀ ਬੋਲੀ ਮਾਰਦਾ ਤਾਂ ਓਗੋਂ ਲੋਕ ਹੱਸ ਪੈਂਦੇ ਕਈ ਵਾਰ ਤਾਂ ਤੀਵੀਆਂ ਵੀ ਨਿਆਂਇਆਂ ਚ ਬਾਹਰ ਬੈਠੀਆਂ ਉਹਦੇ ਲੰਗਦਿਆਂ ਤੋਂ ਉੱਠ ਕੇ ਨਾ ਖੜੀਆਂ ਹੁੰਦੀਆਂ ਕੋਈ ਨਹੀਂ ਕੋਲੇ ਆਪਣਾ ਕਰਮਾਈਆਂ ਕਈ ਤੀਵੀਆਂ ਤੇ ਭੇਦ ਕਰਮੇ ਨੇ ਸੰਭੇ ਹੋਏ ਸੀ ਕੋਈ ਅੱਖ ਦੀ ਵੇ ਕਰਮੇ ਆ ਪੁੱਤਾਂ ਤੜੀ ਗਦਾਣੇ ਵੇਚਿਆ ਹੱਡੀ ਵੇਖੀ ਕਿਤੇ ਆਪਦੇ ਚਾਚੇ ਕੋਲ ਗੱਲ ਨਾ ਕਰਨੀ ਤੇ ਕਰਮੇ ਨੇ ਕਦੇ ਵੀ ਕਿਸੇ ਘਰ ਲੜਾਈ ਨਹੀਂ ਸੀ ਪਵਾਈ ਘਰ ਦੀ ਲੰਡੀ ਜੀ ਕਬੀਲਦਾਰੀ ਆਪਣੇ ਆਪ ਹੀ ਕਰਮ ਦੇ ਮੁੱਢੇ ਤੇ ਆਪਈ ਸੀ। ਕਰਤਾਰਾ ਪੂਰਾ ਸੁਰਖਰੂ ਤਾਂ ਨਹੀਂ ਸੀ ਪਰ ਨੇਰੇ ਸਵੇਰੇ ਖੇਤਾਂ ਦਾ ਕੰਮ ਕਰਮਾ ਹੀ ਕਰਦਾ। ਵਿਆਹ ਮੰਗਣੇ ਤੇ ਮੇਲੇ ਦੇਖਣ ਤਾਂ ਸ਼ੌਕ ਕਰਮੇ ਨੂੰ ਨਹੀਂ ਸੀ। ਐਡਾ ਹੋ ਕੇ ਉਹ ਕਦੀ ਜਿਗਰਾਵਾਂ ਤੱਕ ਨਹੀਂ ਸੀ ਗਿਆ। ਇੱਕ ਅਦਵਾਰ ਡਰੋਲੀ ਮੇਲਾ ਵੇਖਿਆ ਸੀ। ਹੁਣ ਤਾਂ ਉੱਥੇ ਖਾਦੇ ਪਕੌੜੇ ਰਿਓੜੀਆਂ ਦਾ ਸੁਆਦ ਵੀ ਉਹਨੂੰ ਯਾਦ ਨਹੀਂ ਸੀ। ਕਲਕੱਤੇ ਜਾਣ ਲਈ ਕਰਮੇ ਵਾਸਤੇ ਨਵਾਂ ਕੁੜਤਾ ਪਜਾਮਾ ਸਵਾਇਆ ਗਿਆ ਪੱਗ ਨੁਮਾਵਾਂ ਵਾਲਾ ਆਇਆ ਗਿਆ ਜਿਸ ਦਿਨ ਤੁਰਨਾ ਸੀ ਉਸ ਦਿਨ ਕਰਮੇ ਦੀ ਤਿਆਰੀ ਚ ਉਹਦਾ ਬਾਪੂ ਤੇ ਬੇਬੇ ਵਿਆਹ ਵਾਲੇ ਦਿਨ ਵਾਂਗ ਔੜ-ਪੌੜ ਕਰਦੇ ਰੁੱਝੇ ਰਹੇ ਤੁਰੰਤ ਉਹ ਲਾਇਆ ਕਰਮਾ ਮਾਵੇ ਵਾਲੀ ਆਕੜੀ ਪੱਗ ਹੇਠਾਂ ਦਬਾਈ ਕੰਨਾਂ ਨੂੰ ਬਾਰ-ਬਾਰ ਮਲਦਾ ਨਵੇਂ ਕੁੜਤੇ ਪਜਾਮੇ ਚ ਉੱਪਰ-ਉੱਪਰ ਮਹਿਸੂਸ ਕਰਦਾ ਤੇ ਘਬਰਾਇਆ ਜਿਹਾ ਕਦੇ ਵਿੜੇ ਚ ਕਦੇ ਅੰਦਰ ਉਖੜਿਆ ਉਖੜਿਆ ਫਿਰਦਾ ਰਿਹਾ ਕੋਈ ਮਾਂ ਆਪਣੀ ਧੀ ਨੂੰ ਤੋਰਨ ਵੇਲੇ ਵੀ ਇੰਨਾ ਨੀ ਰੋਈ ਹੋਈ ਹੋਏਗੀ ਜਿਨ੍ਹਾਂ ਕਰਮੇ ਦੀ ਮਾਰ ਹੋਈ ਉਹਨਾਂ ਲਈ ਸੂਰਜ ਜਿਵੇਂ ਉਸ ਦਿਨ ਤੋਂ ਹੀ ਚੜਨੋਂ ਹਟ ਗਿਆ ਕਰਤਾਰਾ ਬਾਰ-ਬਾਰ ਸਮਝਾਉਂਦਾ ਕਮਲਿਏ ਸ਼ੁਕਰ ਕਰ ਤੇਰਾ ਪੁੱਤ ਪਰਦੇਸ ਕਮਾਈ ਕਰਨ ਚੱਲਿਆ ਆਪਾਂ ਕਿਹੜਿਆ ਲੜਾਈ 'ਚ ਤੋਰਨ ਲੱਗੇ ਆ ਫੇਰ ਵੀ ਉਹ ਡੋਲ ਜਾਂਦੀ ਗਬਰੂ ਪੁੱਤਣ ਜਾਣਿਆ ਪਰਦੇਸ ਬਗਾਨਾ ਆਸਰਾ ਉਹਦੇ ਲਈ ਕਿਹੜਾ ਦੋ ਰੋਟੀਆਂ ਨਾ ਜੁੜਦੀਆਂ ਅੱਖਾਂ ਸਾਹਮਣੇ ਤਾਂ ਸੀ ਇੱਥੇ ਤਾਂ ਕੰਨ ਢੋਲੇ ਪਰਦੇਸ ਹੋ ਜਾਂਦਾ ਤੇ ਵਿਚਾਰਾ ਤੋਰਦਾ ਕਾਲੀ ਮਿੱਟੀ ਦੇ ਦੇਸ ਪਰ ਕਿਤੇ ਆਸ ਦੀ ਕਿਰਨ ਸੀ ਜੇ ਘਰ ਦਾ ਮੂੰ ਮੱਥਾ ਬਣ ਜੇ ਇੱਕ ਦਿਨ ਕਰਮੂ ਵੀ ਟੈਰੀ ਕਾਟਨ ਦੇ ਕੱਪੜੇ ਪਾ ਕੇ ਆਊਗਾ ਚਮਕਦੀ ਗੁਰਗਾਬੀ ਉਦੋਂ ਕੁੜੀਆਂ ਵਾਲੇ ਅੱਗੇ ਪਿੱਛੇ ਫਿਰਨਗੇ ਟੂ ਬੈਲਰ ਵੀ ਲਾਵਾਂਗੇ ਚੁਬਾਰੇ ਵੀ ਪਾਵਾਂਗੇ ਤੇ ਮਨ ਮਰਜ਼ੀ ਦੀ ਕੁੜੀ ਪਸੰਦ ਕਰਕੇ ਕਰਮੂ ਦਾ ਵਿਆਹ ਕਰਾਂਗੇ ਇਹ ਆਸ ਦੀ ਕਣੀ ਉਮੜਦੀ ਤੇ ਮਾਪਿਆਂ ਦੀ ਅੱਖਾਂ ਵਿੱਚੋਂ ਦੀ ਵਹਿਜ ਤੁਰਦੀ ਕਰਮਾ ਪਹਿਲਾਂ ਪਹਿਲਾਂ ਤਾਂ ਕਲਕੱਤੇ ਆ ਕੇ ਬੜਾ ਘਬਰਾਇਆ ਨਦੀ ਉੱਪਰ ਡਾ ਡਾ ਪੁਲ ਦੋ ਛੱਤੀਆਂ ਬਸਾਂ ਨਿਕੀਆਂ ਨਿਕੀਆਂ ਰੇਲਾਂ ਆ ਟਰਾਂਮਾਂ ਕਾਰਾਂ ਟੈਕਸੀਆਂ ਦੀ ਭੀੜ ਰਿਕਸ਼ਾ ਧੁੰਦੇ ਆਦਮੀ ਠੇਲੇ ਖਿੱਚਣ ਵਾਲੇ ਬੰਦੇ ਬੱਦਲਾਂ ਨਾਲ ਛੁੰਦੀਆਂ ਬਿਲਡਿੰਗਾਂ ਉਹ ਸੋਚਦਾ ਲੋਕ ਇੰਨਾ ਉੱਚਾ ਚੜਦੇ ਕਿਵੇਂ ਹੋਣਗੇ ਜੇ ਉੱਪਰੋਂ ਕੋਈ ੱਤਕਾ ਦੇ ਦੇਵੇ ਤਾਂ ਹੇਠੋਂ ਕੋਈ ਪੌੜੀ ਖਿੱਚ ਲਵੇ ਤੇ ਸਾਰਾ ਕੁਝ ਉਹਨੂੰ ਕਿਸੇ ਉਪਰੇ ਸੰਸਾਰ ਦੀਆਂ ਗੱਲਾਂ ਜਾਂਦੀਆਂ ਬਰਿਆਮ ਸਿੰਘ ਗਿੱਲ ਦਾ ਕਾਰੋਬਾਰ ਵਾਵਾ ਫੈਲ ਰਿਹਾ ਆਪਣਾ ਗੈਰੇਜ ਹੈ ਟੈਕਸੀਆਂ ਦੋ ਟਰੱਕ ਅੰਦਰਾ ਕਲਕੱਤਾ ਚਲਦੇ ਐ ਇੱਕ ਬੱਸ ਐ ਆਪਣੇ ਚੜਨ ਲਈ ਕਾਰ ਰੱਖੀ ਐ ਸਭਾ ਸੁਸਾਇਟੀਆਂ ਚ ਮਾਨ ਇੱਜ਼ਤ ਐ ਲੋਕਾਂ ਦੇ ਝਗੜੇ ਚ ਮੇਲੇ ਨਪਟਾਉਣ ਲਈ ਉਹਦੀ ਪੁੱਛਦੱਸ ਹੁੰਦੀ ਐ ਗੁਰਪੁਰਬਾਂ ਵੇਲੇ ਨਗਰ ਚੋਂ ਨਿਕਲਦੇ ਜਲੂਸਾਂ ਵਿੱਚੋਂ ਪਤਵੰਤੇ ਪੰਜਾਬੀਆਂ ਨਾਲ ਤੁਰਦਾ ਜਦੋਂ ਦਾ ਇਹ ਸਭ ਹੋਣ ਲੱਗਾ ਉਹ ਕਛਹਿਰਾ ਪਾਉਣ ਲੱਗ ਪਿਆ ਨੀਲੀ ਪੱਗ ਬਨਣ ਲੱਗ ਪਿਆ ਕਤਰੀ ਦਾੜੀ ਵਧਾ ਕੇ ਹੁਣ ਫਿਕਸੋ ਵੀ ਲਾਉਂਦਾ ਪਿੰਡ ਦੇ ਹੋਰ ਬੰਦੇ ਵੀ ਕਦੇ-ਕਦੇ ਕਰਮੇ ਨੂੰ ਮਿਲ ਪੈਂਦੇ ਐ ਕਰਮਾ ਹੁਣ ਗਰਾਜ ਵਿੱਚ ਹੀ ਹੁੰਦਾ ਸਿਰਫ ਪਹਿਲੇ ਦਿਨ ਉਹ ਹਾਰਬਗਾਂ ਸਟੇਸ਼ਨ ਤੋਂ ਸਿੱਧੇ ਘਰ ਗਏ ਸੀ ਉਥੇ ਨਾਤੋ ਕੇ ਰੋਟੀ ਖਾ ਕੇ ਜਦੋਂ ਦੇ ਗਰਾਜ ਚ ਆਏ ਕਰਮਾ ਗਰਾਜ ਜੋਗਾ ਹੀ ਰਹਿ ਗਿਆ ਰੋਟੀ ਹੋਟਲ ਤੋਂ ਖਾ ਲੈਂਦਾ ਤਖਤ ਪੋਛ ਤੇ ਸੌਂ ਰੰਦਾ ਬੰਦੇ ਸਾਰੇ ਮੂੰਹ ਮੱਥੇ ਲੱਗਣ ਵਾਲੇ ਪਰ ਕਰਮਾ ਜੀਬ ਘਟਿਆ ਘਟਿਆ ਰਹਿੰਦਾ ਜਿਵੇਂ ਕਿਸੇ ਜੰਗਲੀ ਹਿਰਨ ਨੂੰ ਫੜ ਕੇ ਚਿੜੀਆ ਘਰ ਚ ਡੱਕ ਦਿੱਤਾ ਹੋਵੇ ਕਰਮੇ ਨੂੰ ਉਦਾਸ ਝਾ ਦੇਖ ਕੇ ਬਰਿਆਮ ਸਿੰਘ ਇੱਕ ਦਿਨ ਕਹਿਣ ਲੱਗਾ ਕਰਮਿਆ ਉਧਰ ਤਾਂ ਨਹੀਂ ਗਿਆ ਲੈ ਬਾਹ ਹੋਏ ਚਾਚਾ ਸਿਆ ਤੇਰੇ ਹੁੰਦੇ ਕਾਨੂੰ ਉਧਰ ਨੇ ਕਰਮੇ ਨੂੰ ਯਾਦ ਹੈ ਉਦੋਂ ੱਟਕੇ ਨਾਲ ਹੱਸਿਆ ਸੀ ਤੇ ਫਿਰ ਬਰਿਆਮ ਸਿੰਘ ਨੇ ਕਿਹਾ ਸੀ ਮਹੀਨਾ 20 ਦਿਨ ਕਲਕੱਤਾ ਕਲਕੱਤੇ ਦਾ ਸੋਹਾਂ ਹੋਲਾ ਫਿਰ ਕਿਸੇ ਗੱਡੀ ਤੇ ਤੇਰੀ ਡਿਊਟੀ ਪਾ ਦੇਾਂਗੇ ਜਿਵੇਂ ਚਾਚਾ ਤੂੰ ਕਹੇ ਕਰਮੇ ਨੇ ਉਹਦੀ ਰਜ਼ਾ ਛਾਮੀ ਭਰੀ ਸੀ ਗਰਾਚੋਂ ਜਦੋਂ ਖਾਣ ਪੀਣ ਚੱਲਦਾ ਤਾਸ ਦੀਆਂ ਮਹਿਫਲਾਂ ਲੱਗਦੀਆਂ ਵੀਕ ਦਿਨਾਂ 'ਚ ਕਰਮਾ ਐਨਾ ਸੁਹਾ ਹੋ ਗਿਆ ਉਹ ਬਰਿਆਮ ਸਿੰਘ ਦੇ ਇਸ਼ਾਰੇ ਤੇ ਪਾਣੀ ਦਾ ਜੱਗ ਹੋਟਲ ਤੋਂ ਲੈ ਆਉਂਦਾ ਚਾਹ ਬਣਵਾ ਕੇ ਲਿਆ ਲਿਆ ਦਿੰਦਾ ਪਾਨਾਂ ਵਾਲੀ ਦੁਕਾਨ ਤੋਂ ਸੋਡੇ ਫੜ ਲਿਆਉਂਦਾ ਠੇਕੇ 'ਚ ਬੋਤਲ ਲਿਆ ਦਿੰਦਾ ਜਦੋਂ ਸਾਰੇ ਜੂਆ ਖੇਡ ਰਹੇ ਹੁੰਦੇ ਉਹ ਮੋੜ ਤੇ ਖੜ ਕੇ ਪਹਿਰਾ ਦੇਣਾ ਸਿੱਖ ਗਿਆ ਤੇ ਜਦੋਂ ਪੁਲਿਸ ਦੀ ਕੋਈ ਜੀਪ ਦਿਸਦੀ ਉਹ ਝਟ ਖਬਰ ਦਿੰਦਾ ਵਿੱਚੋਂ ਕੋਈ ਕਰਮੇ ਨੂੰ ਹੱਲਾ ਸ਼ੇਰੀ ਦਿੰਦਾ ਭਈ ਆ ਤਾਂ ਚੌਂ ਦਿਨਾਂ ਚ ਇਸ ਪਾਰਟ ਹੋ ਗਿਆ ਦਿਨੇ ਕਰਮਾ ਜੂਏ ਵਾਲਿਆਂ ਦੀ ਰਾਖੀ ਕਰਦਾ ਰਾਤ ਨੂੰ ਗਰਾਜ ਦੀ ਰਾਖੀ ਰੱਖਦਾ ਰਾਖੀ ਦਾ ਕਰਮੇ ਨੇ ਆਪਣੇ ਖੇਤਾਂ ਦੀ ਵੀ ਕੀਤੀ ਸੀ ਉਥੇ ਸੁੰਨ ਸਰਾਹ ਚ ਗਿੱਦੜ ਹੁਆਕਦੇ ਤਾਂ ਚੰਬੜ ਕੇ ਗਿੱਦੜਾ ਵਾਂਗੀ ਰੌਲਾ ਪਾਉਣ ਲੱਗ ਜਾਂਦਾ ਇੱਥੇ ਚਾਰ ਚੁਫੇਰੇ ਅੱਧੀ ਅੱਧੀ ਰਾਤ ਤੈਂਕਰ ਬੁਲਕੁਲ ਬੁਲ ਹੁੰਦੀ ਰਹਿੰਦੀ ਫਿਰ ਵੀ ਪਤਾ ਨਹੀਂ ਕਿਉਂ ਉਹਨੂੰ ਨੀਂਦ ਨਾ ਆਉਂਦੀ ਬਾਰ ਬਾਰ ਪਿੰਡ ਚ ਇੱਤੇ ਆਉਂਦਾ ਤੇ ਉਹ ਸੋਚਦਾ ਕੱਲ ਚਾਚੇ ਨੂੰ ਕਹੂੰਗਾ ਮੈਨੂੰ ਕਿਸੇ ਨਾਲ ਕਿਸੇ ਗੱਡੀ ਨਾਲ ਭੇਜ ਦੇ ਉਹਨੂੰ ਗੱਡੀ ਨਾਲ ਭੇਜ ਵੀ ਦਿੱਤਾ ਗਿਆ ਪਰ ਬਰਿਆਮ ਸਿੰਘ ਗਿੱਲ ਨੇ ਡਰਾਈਵਰ ਨੂੰ ਸਖਤ ਤਾੜਨਾ ਦਿੱਤੀ ਸੀ ਇਹਨੂੰ ਐਵੇਂ ਨਾ ਸਟੀਅਰਿੰਗ ਤੇ ਬਹਾਦੀ ਮੀਨਾ ਖੰਡ ਘੁਮਾ ਦੇ ਦੋ ਚਾਰ ਵਾਰ ਲੋਡ ਗੱਡੀ ਤੇ ਜੈਕ ਲਵਾਈ ਫਿਰ ਇੱਥੇ ਉਤਾਰਦੀ ਇੱਥੇ ਗਰਾਜ ਚ ਇਹਦੇ ਬਿਨਾ ਸਰਦਾ ਨਹੀਂ ਹੁੰਦਾ ਡਰਾਈਵਰ ਨੇ ਉਸੇ ਦੇ ਕਹੇ ਲੱਗਣਾ ਸੀ ਜਿਸ ਕੋਲੋਂ ਰੋਟੀਆਂ ਖਾਣੀਆਂ ਸੀ ਪਰ ਜੈਕ ਲਵਾ ਕੇ ਉਹ ਕਰਮੇ ਨੂੰ ਭਜਾ ਨਾ ਸਕਿਆ ਕਰਮੇ ਦਾ ਕੰਮ ਕੀਤਾ ਸੀ ਉਹ ਕਿਹੜਾ ਮਖਮਲਾਂ ਤੇ ਸੌਂਦਾ ਤੇ ਵਿਲਾ ਬੈਠਾ ਜਾਂਦਾ ਆਇਆ ਸੀ ਗੱਡੀ ਨੂੰ ਧੋ ਪੋਚ ਕੇ ਰੱਖਦਾ ਡਰਾਈਵਰ ਦਾ ਹੁਕਮ ਉਹ ਨਾ ਨਿਕਲਦਾ ਫਿਰ ਵੀ ਡਰਾਈਵਰ ਨਾ ਚਾਹੁੰਦਾ ਹੋਇਆ ਬ੍ਰਿਯਾਮ ਸਿੰਘ ਦੇ ਹੁਕਮ ਮੁਜਬ ਡੇਢ ਕੁ ਮਹੀਨੇ ਮਗਰੋਂ ਕਰਮੇ ਨੂੰ ਗਰਾਜ ਚ ਉਤਾਰ ਗਿਆ ਕਰਮਾ ਕਈ ਕਈ ਦਿਨ ਕਹਿੰਦਾ ਰਿਹਾ ਚਾਚਾ ਇਉਂ ਕਿਉਂ ਮੈਂ ਗੱਡੀ ਸਿੱਖੂਗਾ ਤੇ ਬ੍ਰਿਯਾਮ ਸਿੰਘ ਗਿੱਲ ਲਾਪਰਵਾਹੀ ਜੀ ਨਾਲ ਕਹਿੰਦਾ ਸਿੱਖ ਲੇਗਾ ساری ਉਮਰ ਗੱਡੀਆਂ ਹੀ ਚਲਾਉਣੀ ਐ ਇਹ ਡਰਾਈਵਰ ਸਾਲਾ ਫਾਲਤੂ ਬੰਦਾ ਕਿਸੇ ਹੋਰ ਗੱਡੀ ਨਾਲ ਬੰਦੋਬਸਤ ਕਰਦੇ ਆ ਕਰਮਾ ਚੁੱਪ ਹੋ ਜਾਂਦਾ ਉਦੇ ਬਾਪੂ ਨੇ ਸਮਝਾਇਆ ਸੀ ਪਰਦੇਸ 'ਚ ਤੇਰਾ ਇਹੀ ਮਾਪਿਓ ਹੈ ਜਿੱਥੇ ਬਿਠਾਏ ਉੱਥੇ ਬੈਠੇ ਜਿੱਥੇ ਉਠਾਏ ਉੱਥੋਂ ਉੱਠੀ। ਵੇਲਾ ਰਹਿ ਕੇ ਕਰਮਾ ਉਧਰਿਆ ਉਧਰਿਆ ਰਹਿਣ ਲੱਗਾ ਪਿੰਡ ਵਾਲੀ ਸ਼ੌਕੀ ਭੁੱਲ ਗਈ ਉਹ ਸਭ ਨੂੰ ਉਹ ਉਂਗਲਾਂ ਤੇ ਨਚਾ ਲੈਂਦਾ ਸੀ ਇਥੇ ਕਾਵਾ ਦੇ ਘੇਰੇ ਉੱਲੂ ਵਾਂਗ ਬੌਂਦਲਿਆ ਰਹਿੰਦਾ। ਪੁਰਾਣੇ ਡਰਾਈਵਰ ਖਲਾਸੀ ਟੀਚਰਾਂ ਕਰਦੇ ਰਹਿੰਦੇ। ਬੈਕ ਲਾਈਟਾਂ ਨੂੰ ਗ੍ਰੀਸ ਨਹੀਂ ਕਰਨਾ ਆਇਆ ਤਾਂ ਡਰਾਈਵਰ ਉਤਾਰ ਗਿਆ। ਕਦੇ ਕਹਿੰਦੇ ਇਹਨੇ ਰੇਡੀਏਟਰ ਚ ਮੋਬਲ ਪਾਤਾ ਭੁੱਲ ਕੇ ਕਰਮੇ ਦਾ ਜੀ ਕਰਦਾ ਪਿੰਡ ਮੁੜ ਜਾਵਾਂ ਐਦੋਂ ਤਾਂ ਮੈਂ ਕਿਤੇ ਸੌਖਾ ਸੀ ਉਹ ਸੋਚਦਾ ਫਿਰ ਉਹਨੂੰ ਬਾਪੀ ਦੇ ਬਾਪੂ ਦੇ ਪਾਟੇ ਲੀੜੇ ਨੰਗੇ ਪੈਰ ਬੇਬੇ ਦਾ ਖਿਲ ਰਿਆ ਝਾਟਾ ਦਿਸਦਾ ਕਿੰਨੀਆਂ ਮਿੰਤਾ ਨਾਲ ਉਹਨਾਂ ਨੇ ਕਰਮੇ ਨੂੰ ਕਲਕੱਤੀ ਭੇਜਿਆ ਸੀ ਕਿੰਨੀਆਂ ਆਸਾਂ ਲਾਈ ਬੈਠੇ ਹੋਣਗੇ ਉਹ ਐਂ ਕੀਤੇ ਆ ਕੀ ਬਣੂ ਕਰਮਿਆਂ ਤਕੜਾ ਹੋ ਉਹ ਆਪਣੇ ਆਪ ਨੂੰ ਦਲੇਰ ਬਣਾਉਂਦਾ ਪਰ ਬਰ ਬ੍ਰਿਆਮ ਸਿੰਘ ਗਿੱਲ ਨੂੰ ਉਹ ਕੁਝ ਨਾ ਕਹਿ ਸਕਦਾ ਗ੍ਰੈਜੂਏਟ ਪਹਿਲਾਂ ਵਾਂਗੀ ਉਹ ਫੇਰ ਕਦੇ ਚਾਹ ਬਣਵਾ ਕੇ ਲਿਆਉਣ ਲੱਗਾ ਕਦੇ ਸੋਡਾ ਲਿਆਉਂਦਾ ਕਦੇ ਠੇਕੇ ਤੋਂ ਬੋਤਲਾਂ ਤੇ ਮੋੜ ਤੇ ਖੜ ਕੇ ਪੁਲਿਸ ਦੀ ਜੀਪ ਆਉਣ ਦੀ ਨਿਗਰਾਨੀ ਰੱਖਣ ਲੱਗਾ ਦਿਨ ਦੀਆਂ ਸਭ ਮਹਿਫਲਾਂ ਜਦੋਂ ਉੱਜੜ ਜਾਂਦੀਆਂ ਗੱਡੀਆਂ ਦੇ ਡਰਾਈਵਰ ਖਾ ਪੀ ਖਾ ਕੇ ਸੌਂ ਜਾਂਦੇ ਕਰਮਾ ਫੇਰ ਕੱਲਾ ਰਹਿ ਜਾਂਦਾ ਫਿਕਰਾਂ ਚ ਨੀਂਦ ਨਾ ਆਉਂਦੀ ਉਦੋਂ ਗਈ ਰਾਤ ਨੂੰ ਪਿੰਡਾਂ ਪਿੰਡ ਅੱਖਾਂ ਮੁਰੇ ਆਣ ਖਲੋਂਦਾ ਖੇਤ ਕੱਸੀ ਤੇ ਰਲ ਕੇ ਨਹਾਉਂਦੇ ਆੜੀ ਉਹ ਸੋਚਦਾ ਕਿ ਇਹੋ ਜੇ ਕਲਕੱਤੇ ਆਉਣ ਲਈ ਪਿੰਡ ਦੀ ਉਸ ਥੋੜੀ ਜੀ ਧਰਤੀ ਤੇ ਉਹਦੇ ਪੈਰ ਨਹੀਂ ਸੀ ਲੱਗਦੇ ਜਿਨ੍ਹਾਂ ਲਗਦੀਆਂ ਭਾਬੀਆਂ ਕੋਲੋਂ ਪੱਤਾ ਖੋ ਕੇ ਖਾ ਜਾਂਦਾ ਸੀ ਉਹ ਵੀ ਪੁੱਛਦੀਆਂ ਵੇ ਕਰਮਿਆ ਤੂੰ ਸੱਚੀ ਕਲਕੱਤੇ ਜਾਣਾ ਤੇ ਅਗੋਂ ਕਰਮਾ ਕਰਮ ਸਿੰਘ ਬਰਾੜ ਬਣ ਕੇ ਬੋਲਿਆ ਸੀ ਤੇ ਹੋਰ ਕੀ ਆਪਾਂ ਕਿਸੇ ਦੀ ਨੂਹ ਦੀ ਨਾਲੋਂ ਘੱਟਾਂ ਤੇ ਜਿਨ੍ਹਾਂ ਚਿਰਤੀ ਕਰੋ ਲੁਧਿਆਣੇ ਤੋਂ ਕਲਕੱਤੇ ਜਾਣ ਵਾਲੀ ਗੱਡੀ 'ਚ ਨਹੀਂ ਚੜ ਗਿਆ ਉਹਨਾਂ ਚੀਕ ਤੇ ਕਰਨਾ ਤਾਂ ਕਰਮੇ ਨੂੰ ਤੇ ਨਾ ਹੀ ਉਹਦੇ ਬਾਪੂ ਬੇਬੇ ਨੂੰ ਯਕੀਨ ਆਇਆ ਸੀ ਵੀ ਉਹਨਾਂ ਦੇ ਐਡੀ ਛੇਤੀ ਭਾਗ ਖੁੱਲ ਜਾਣਗੇ। ਉਹੀ ਕਰਮਾਂ ਤਿੰਨ ਚੌਥੇ ਮਹੀਨਿਆਂ ਵਿੱਚ ਹੀ ਦਿਲ ਛੱਡ ਗਿਆ। ਗੱਡੀ ਤੋਂ ਉਤਾਰ ਕੇ ਜਾਣ ਦਾ ਉਹਨੂੰ ਡਰਾਈਵਰ ਤੇ ਗੁੱਸਾ ਬਹੁਤ ਸੀ। ਇਹਦੇ ਨਾਲੋਂ ਤਾਂ ਪਿੰਡ ਕਿਤੇ ਜ਼ਿਆਦਾ ਕਦਰ ਸੀ। ਪਰ ਉਹਨੇ ਹਾਵੜਾ ਸਟੇਸ਼ਨ ਤੇ ਪੈਰ ਧਰਦਿਆਂ ਕਲਗੀਆਂ ਵਾਲੇ ਗੁਰੂ ਦੀ ਸੌਂ ਖਾਦੀ ਸੀ। ਜਿੰਨਾ ਚਿਰ ਕੁਝ ਬਣ ਨਹੀਂ ਜਾਂਦਾ ਪਿੰਡ ਦਾ ਮੂੰਹ ਨਹੀਂ ਵੇਖਣਾ। ਕਰਮੇ ਦਾ ਉਦਰੀਆ ਜਿਆ ਰੰਗ ਢੰਗ ਵੇਖ ਕੇ ਬਰਿਆਮ ਸਿੰਘ ਉਹਨੂੰ ਆਪਣੇ ਨਾਲ ਘਰ ਲੈ ਜਾਣ ਲੱਗ ਪਿਆ। ਹੁਣ ਕਰਮਾ ਘਰ ਦੇ ਛੋਟੇ-ਮੋਟੇ ਕੰਮ ਕਰਵਾਉਣ ਲੱਗਾ। ਉਹ ਦੁਕਾਨ ਤੋਂ ਰਾਸ਼ਨ ਲਿਆਉਂਦਾ, ਮਿੱਟੀ ਤੇ ਤੇਲ ਲਈ ਲਾਈਨ ਲਾਉਂਦਾ। ਜਿਸ ਦਿਨ ਕਾਰਪੋਰੇਸ਼ਨ ਦਾ ਪਾਣੀ ਨਾ ਆਉਂਦਾ ਉਸ ਦਿਨ ਉਹ ਬਾਹਰੋਂ ਨਲਕਿਆਂ ਤੇ ਪਾਲਟੀਆਂ ਪਰ ਲਿਆਉਂਦਾ। ਛੋਟੇ ਹੈਪੀਨੈਸ ਸਕੂਲ ਛੱਡ ਆਉਂਦਾ, ਸਕੂਲੋਂ ਲੈ ਆਉਂਦਾ ਹੁਣ ਕਰਮੇ ਨੂੰ। ਰੋਟੀ ਵੀ ਘਰ ਦੀ ਪੱਕੀ ਮਿਲਦੀ। ਬਰਿਆਮ ਸਿੰਘ ਨੇ ਕਰਮੇ ਵੱਲੋਂ ਉਹਦੀ ਬੇਬੇ ਤੇ ਬਾਪੂ ਨੂੰ ਪਹਿਲੀ ਚਿੱਠੀ ਲਿਖੀ। ਚਾਚਾ ਮੈਨੂੰ ਬਹੁਤ ਚੰਗਾ ਜਾਣਦਾ ਹੈ ਮੈਂ ਰੋਟੀ ਘਰੀ ਖਾਣਾ ਗੱਡੀ ਸਿੱਖ ਰਿਹਾ ਮੇਰਾ ਜੀ ਲੱਗਾ ਹੈ ਫਿਕਰ ਨਾ ਕਰਿਓ ਬ੍ਰਿਯਮ ਸਿੰਘ ਦਾ ਵੱਡਾ ਲੜਕਾ ਬਿੱਕਰ ਸਿੰਘ 3 ਸਾਲ ਹੋਈ ਲਗਾਤਾਰ ਦੋ ਵਾਰੀ ਫੇਲ ਹੋ ਕੇ ਪੜਨੋਂ ਹਟ ਗਿਆ ਸੀ ਹੁਣ ਉਹ ਟਰਾਂਸਪੋਰਟਰਾਂ ਤੇ ਕੋਟਾਂ ਵਿੱਚ ਗੱਡੀਆਂ ਦੇ ਕੰਮਾਂ ਧੰਦਿਆਂ ਨੂੰ ਨਿਪਟਾਉਣ ਲੱਗ ਪਿਆ ਸੀ ਛੋਟ ਭਲਾਈਆਂ ਉਸ ਵਿੱਚ ਸਾਰੇ ਹੀ ਗੁਣ ਸੀ ਸ਼ਰਾਬ ਰੱਜ ਕੇ ਪਿੰਦਾ ਸੀ ਉਹ ਵੀ ਜਦੋਂ ਦਾ ਲੱਗ ਜਾਏ ਜਿੱਥੋਂ ਮਿਲ ਜਾਏ ਕਾਰ ਹੀਠਾ ਹੁੰਦੀ ਸੀ ਪੈਸਾ ਪਿਓ ਦਾ ਕਮਾਇਆ ਸੀ ਬਰਿਆਮ ਸਿੰਘ ਉਸ ਨਾਲ ਕਈ ਵਾਰ ਲੜਿਆ ਸੀ ਪਰ ਬਿੱਕਰ ਇਹਨਾਂ ਹਰਕਤਾਂ ਤੋਂ ਕਦੇ ਬਾਜ਼ ਨਹੀਂ ਸੀ ਆਇਆ ਕਰਮੇ ਨੂੰ ਯਾਦ ਆ ਇੱਕ ਦਿਨ ਬਿੱਕਰ ਉਹਨੂੰ ਆਪਣੇ ਨਾਲ ਬਿਠਾ ਕੇ ਲੈ ਗਿਆ ਸੀ ਬੋਤਲ ਤਾਂ ਗੱਡੀ 'ਚ ਹੁੰਦੀ ਸੀ ਵਿਕਟੋਰੀਏ ਇੱਕ ਸੋਡੇ ਵਾਲੇ ਤੋਂ ਬਿੱਕਰ ਨੇ ਦੋ ਗਲਾਸ ਲਏ ਤੇ ਕਰਮੇ ਨੂੰ ਵੀ ਪੈਗ ਪਾਤਾ ਕਰਮੇ ਨੂੰ ਇਹਨਾਂ ਵਰਿਆਂ ਦਾ ਇੱਕ ਇੱਕ ਪਲ ਯਾਦ ਹੈ ਉਹਨੇ ਕਿਹਾ ਸੀ ਨਾ ਵੱਡੇ ਭਾਈ ਇਹ ਨਹੀਂ ਮਾਫਕ ਮੇਰੇ ਚ ਸ਼ਹੀਦ ਆ ਜਾਂਦੇ ਐ ਤੇ ਇੱਕ ਦਿਨ ਪੀਲੀ ਸੀ ਸਾਰੀ ਰਾਤ ਖੇਢੀ ਐ ਮੈਨੂੰ ਕਸਰ ਹੋ ਜਾਂਦੀ ਐ ਉਹ ਪੀਲਾ ਸਾਲਾ ਲੰਡਾ ਬੰਗਾਲ ਚ ਸ਼ਹੀਦ ਛੋਦ ਨਹੀਂ ਆਉਂਦੇ ਹੁੰਦੇ ਦੂਜਾ ਕਾਲੇ ਜਾਦੂ ਤੋਂ ਡਰਦੇ ਐ ਬਿੱਕਰ ਨੇ ਉਹਨੂੰ ੱੱੱਕੇ ਨਾਲ ਗਲਾਸ ਫੜਾਤਾ ਪਤਾ ਲੱਗਣ ਤੇ ਵਿਰਿਆਮ ਸਿੰਘ ਨੇ ਬਿੱਕਰ ਨਾਲ ਗੁੱਸੇ ਹੋਣ ਦੀ ਥਾਂ ਸਭ ਨੂੰ ਖੁਸ਼ ਹੋ ਕੇ ਕਿਹਾ ਸੀ ਕੋਈ ਨਾ ਕੋਈ ਨਾ ਖਾਣ ਪੀਣ ਪਿੱਛੇ ਨਹੀਂ ਮੈਂ ਕਿਸੇ ਨੂੰ ਟੋਕਦਾ ਬਾਅਦ ਵਿੱਚ ਤਾਂ ਬਿੱਕਰ ਨੇ ਕਰਮੇ ਨੂੰ ਆਪਣਾ ਜਿਵੇਂ ਬੋਡੀਗਾਰਡ ਹੀ ਬਣਾ ਲਿਆ ਜਿੱਥੇ ਜਾਣਾ ਹੁੰਦਾ ਨਾਲ ਰੱਖਦਾ ਜੋਰ ਜ਼ਬਰਦਸਤੀ ਕਰਕੇ ਉਹਨੂੰ ਪਿਆ ਦਿੰਦਾ ਇੱਕ ਦਿਨ ਤਾਂ ਬਿੱਕਰ ਨੇ ਹਾਦੀ ਕਰਤੀ ਵਿਕਟੋਰੀਆ ਮੈਦਾਨ 'ਚ ਘੁੰਮਦੀ ਇੱਕ ਕੁੜੀ ਨੂੰ ਉਹਨੇ ਹਾਰਨ ਮਾਰ ਕੇ ਬੁਲਾ ਲਿਆ ਕਰਮੇ ਨਾਲ ਬਿਠਾਤਾ ਕਰਮਾ ਤਾਂ ਮੁੜ ਕੋ ਮੁੜ ਕੇ ਹੋ ਗਿਆ ਤੇ ਘਬਰਾ ਕੇ ਗੱਡੀ 'ਚੋਂ ਬਾਹਰ ਨਿਕਲ ਆਇਆ ਬਿੱਕਰ ਬੜਾ ਹੱਸਿਆ ਉਹਨੂੰ ਟੀਚਰਾਂ ਕਰੇ ਉਹ ਜਾ ਹੋਏ ਵੱਡਿਆ ਪਹਿਲਵਾਨ ਆਖੇ ਮੈਂ ਪਿੰਡ 'ਚ ਢਾਈ ਮਣ ਦਾ ਬਾਲਾ ਕੱਢ ਦਿੰਨਾ 20 ਕਸੇਰ ਦੀ ਕੁੜੀ ਤੋਂ ਭੱਜ ਗਿਆ ਤੇ ਇਧਰ ਬਰਿਆਮ ਸਿੰਘ ਗਿੱਲ ਨੇ ਡਰਾਈਵਰਾਂ ਖਲਾਸੀਆਂ ਨੂੰ ਕਹਿ ਰੱਖਿਆ ਸੀ ਕਰਮੇ ਨੂੰ ਉਧਰ ਨਾ ਦੇਓ ਤੇ ਉਧਰ ਬਿੱਕਰ ਵੀ ਉਹਦਾ ਦਿਲ ਲਵਾਈ ਰੱਖਦਾ ਸੀ ਇਹਨਾਂ ਹੋਰ 5-6 ਮਹੀਨਿਆਂ ਚ ਹਾਲਤ ਜਿਹੀ ਹੋ ਗਈ ਕਰਮਾ ਨਿਤ ਸ਼ਰਾਬ ਨਾਲ ਰੱਜਿਆ ਰਹਿੰਦਾ ਹੁਣ ਉਹ ਸੰਗਤ ਦੀ ਮਿਹਰਬਾਨੀ ਨਾਲ ਖੈਣੀ ਤੇ ਫੇਮ ਵੀ ਖਾਣ ਲੱਗ ਪਿਆ ਸੀ ਹੁਣ ਤਾਂ ਕਦੇ-ਕਦੇ ਉਹ ਬਿੱਕਰ ਨੂੰ ਆਪ ਹੀ ਕਹਿ ਦਿੰਦਾ ਵੱਡੇ ਭਾਈ ਅੱਜ ਪਿਆ ਨਾ ਘੁੱਟ ਹੌਲੀ-ਹੌਲੀ ਕਰਮੇ ਨੂੰ ਪਤਾ ਲੱਗਣ ਲੱਗਾ ਜਿਵੇਂ ਬਰਿਆਮ ਸਿੰਘ ਉਹਨੂੰ ਗੱਡੀ ਨਾਲ ਭੇਜਣ ਤੋਂ ਟਾਲ ਰਿਹਾ ਹੋਵੇ ਉਨੇ ਬਾਰ ਦੇ ਕਈਆਂ ਡਰਾਈਵਰਾਂ ਦੀਆਂ ਮਿੰਤਾਂ ਕੀਤੀਆਂ ਹਰ ਕੋਈ ਆਖਦਾ ਤੇਰਾ ਸ਼ੈਨ ਚਾਂ ਵਾਲਾ ਖਰਚਾ ਕਿਹੜਾ ਝੱਲੂ ਨਾਲੇ ਗਿੱਲ ਬਾਉ ਮੂੰਹ ਸਜਾਉ ਕਰਮਾਂ ਚੁੱਪ ਕਰ ਰਹਿੰਦਾ ਉੰਜ ਨੂੰ ਰੋਟੀ ਟੁਕ ਮਿਲੀ ਜਾਂਦਾ ਸ਼ਰਾਬ ਮਿਲ ਜਾਂਦੀ ਖੈਣੀ ਮਿਲ ਜਾਂਦੀ ਫੇ ਮਿਲ ਜਾਂਦੀ ਹੁਣ ਜਦੋਂ ਆਰਥਣ ਹੁੰਦਾ ਉਹਦਾ ਦਿਲ ਖੁਸਣ ਲੱਗ ਜਾਂਦਾ ਲੁੱਕ ਛਿਪ ਕੇ ਉਹ ਡਰਾਈਵਰਾਂ ਨਾਲ ਪੀਣ ਲੱਗਾ ਕਦੇ ਬਿੱਕਰ ਮਿਲ ਜਾਂਦਾ ਤਾਂ ਕਰਮੇ ਨੂੰ ਆਖਦਾ ਓਏ ਸ਼ਰਾਬ ਨਾਲ ਤਾਂ ਤੂੰ ਆਖੇ ਪੰਜ ਇਸ਼ਨਾਨ ਕਰਾ ਦिए ਚੱਲਿਆ ਇਹਨੂੰ 2 ਸਾਲ ਲੰਘ ਗਏ ਹੁਣ ਕਰਮਾ ਫੇਰ ਗਰਾਸ ਚ ਰਹਿਣ ਲੱਗ ਪਿਆ ਸੀ ਤੇ ਜਦੋਂ ਬੰਗਲੂ ਦੇਸੀ ਸ਼ਰਾਬ ਨਾ ਮਿਲਦਾ ਤਾਂ ਰੁਪਈਏ ਤੇਲੀ ਦਾ ਝੁੱਲੂ ਵੀ ਪੀ ਲੈਂਦਾ 15-15 ਦਿਨੋਂ ਨਾ ਕੱਪੜੇ ਧੋਂਦਾ ਨਾ ਨਹਾਉਂਦਾ ਗਿੱਟਿਆਂ ਗੁੱਡਿਆਂ ਤੇ ਮੈਲ ਜਮ ਗਈ ਉਹਦੀ ਦੁਰਦਸ਼ਾ ਵੇਖ ਕੇ ਬਰਿਆਮ ਸਿੰਘ ਦਾ ਕੋਈ ਮਿੱਤਰ ਆਖਦਾ ਜੇ ਹੁਣ ਕਿਸੇ ਕੰਮ ਜੋਗਾ ਨਹੀਂ ਰਿਹਾ ਇਹਨੂੰ ਪਿੰਡ ਭੇਜ ਦੇ ਕਿਉਂ ਮਾਪਿਓ ਦਾ ਸਰਾਪ ਲੈਣਾ ਸਰਾਬ ਕੀ ਉੱਤੇ ਡਿੱਗਦਾ ਮੈਂ ਧਾਰ ਪਾ ਕੇ ਸਦਾਇਆ ਸੀ ਤੁਸੀਂ ਤਾਂ ਉਹੀ ਕਮਲੇ ਐ ਦੋ ਵੇਲੇਾਂ ਦੀ ਰੋਟੀ ਤੂੰ ਵੀ ਬੰਦਾ ਮਹੰਗਾ ਆਪਣੀ ਸੇਵਾ ਕਰਦਾ ਗਰਾਜ ਦੀ ਰਾਖੀ ਕਰਦਾ ਦੋ ਰੋਟੀਆਂ ਤਾਂ ਗਲੀ ਦੇ ਕੁੱਤੇ ਨੂੰ ਵੀ ਪਾ ਦਈਏ ਇਹ ਤਾਂ ਫੇਰ ਪਿੰਡ ਦਾ ਮੁੰਡਾ ਐਸ ਭਾ ਬੰਦਾ ਥਿਉਂਦਾ ਅੱਜਕੱਲ ਨਾਲੇ ਔਖਾ ਕਾਦੈ ਰੋਟੀ ਮਿਲ ਜਾਂਦੀ ਐ ਦੋ ਘੁੱਟ ਪੀਣ ਨੂੰ ਮਿਲ ਜਾਂਦੀ ਐ ਢੇੜਾ ਕਪੜਾ ਮਿਲ ਜਾਂਦਾ ਬੰਦਾ ਹੋਰ ਕੀ ਭਾਲਦਾ ਬਚੇਰਾ ਗੁਰਿਆਮ ਸਿੰਘ ਉਹ ਬੋਲਣ ਵਾਲੇ ਨੂੰ ਚੁੱਪ ਕਰਕੇ ਬਹਾ ਦਿੰਦਾ ਮਾਪਿਓ ਨੂੰ ਕੀ ਦੱਸੂ ਮਾਉ ਕੋਈ ਬੋਲਦਾ ਉਹ ਦੱਸਣ ਜੋਗਾ ਰਹੂ ਤਾਂ ਦੱਸੋ ਦੱਸਣ ਜੋਗਾ ਰਹੂ ਨਹੀਂ ਤੂੰ ਆਖ ਦੇ ਦੱਸਣ ਜੋਗਾ ਛੱਡੂ ਉਹ ਰਿਆਮ ਸਿੰਘ ਮਿੱਤਰ ਦੇ ਮੂੰਹ ਤੇ ਥੱਪੜ ਮਾਰਨ ਵਰਗੀ ਗੱਲ ਕਹਿ ਕੇ ਗੱਲ ਹਾਸੇ ਪਾ ਲੈਂਦਾ ਇਹ ਤਾਂ ਤਕਦੀਰਾਂ ਦੇ ਕੜਛੇ ਆ ਆਕੇ ਬਰਿਆਮ ਸਿੰਘ ਕਰਮੇ ਨੂੰ ਆਵਾਜ਼ ਮਾਰਦਾ ਓਏ ਚਿੱਲੂ ਮੈਂ ਨਬੂਤ ਲਿਆ ਫੜ ਕੇ ਨਾਲੇ ਛੋੜਿਆ ਫੜੇ ਲਈ ਚੰਗਾ ਬਾਉ ਜੀ ਕਹਿ ਕੇ ਕਰਮਾ ਨੋਟ ਫੜ ਲੈਂਦਾ ਹੁਣ ਉਹ ਬਰਿਆਮ ਸਿੰਘ ਨੂੰ ਚਾਚਾ ਨਹੀਂ ਸੀ ਕਹਿੰਦਾ ਚਾਚਾ ਕਹਿੰਦੇ ਆ ਉਹਨੂੰ ਕੁਝ ਅਜੀਬ ਜਿਹਾ ਲੱਗਦਾ ਭਤੀਜਾ ਬਣੇ ਰਹਿਣ ਦਾ ਹੱਕ ਜਿਵੇਂ ਉਹ ਉਸ ਕੋਲੋਂ ਹੌਲੀ-ਹੌਲੀ ਖੋਇਆ ਜਾ ਰਿਹਾ ਸੀ ਹੁਣ ਤਾਂ ਨੌਕਰ ਤੇ ਮਾਲਕ ਦਾ ਰਿਸ਼ਤਾ ਸੀ ਕਰਮੇ ਨੂੰ ਕੁਝ ਯਾਦ ਨਹੀਂ ਉਹ ਕਦੋਂ ਤੋਂ ਵਿਰਿਆਮ ਸਿੰਘ ਨੂੰ ਬਾਉ ਜੀ ਕਹਿਣ ਲੱਗ ਪਿਆ ਸੀ ਵਿਰਿਆਮ ਸਿੰਘ ਪੂਰਾ ਸਿਆਸਤੀ ਬੰਦਾ ਹੈ ਉਹਨੇ 3 ਕਸਾਲਾਂ ਚ ਕਰਮੇ ਦੇ ਨਾਂ ਤੇ 400 ਰੁਪਏ ਪਿੰਡ ਭੇਜੀਏ ਉਦੋਂ ਕਰਮੇ ਦੇ ਮਾਪਿਓ ਦੀ ਹਾਲਤ ਵੇਖਣ ਵਾਲੀ ਸੀ ਪੁੱਤ ਦੀ ਪਹਿਲੀ ਕਮਾਈ ਪਤਾ ਨਹੀਂ ਕਿਹੜੇ ਦੁੱਖ ਚੱਲਦੇ ਆ ਪਰਦੇਸ 'ਚ ਰਹਿ ਕੇ ਵਿਚਾਰੇ ਨੇ ਜੋੜੇ ਹੋਣਗੇ ਜਿਉਂਦਾ ਰਹਿ ਪੁੱਤ ਸਾਡੀ ਉਮਰਾਂ ਵੀ ਤੈਨੂੰ ਲੱਗਣ ਮਾਪਿਓ ਨੇ ਝਲਕਦੇ ਹੰਝੂਆਂ ਨਾਲ ਅਸੀਸਾਂ ਦਿੱਤੀਆਂ ਗੁਰਦੁਆਰੇ ਜਾ ਕੇ ਸਵਰਪਈ ਦੀ ਦੇਖ ਕਰਾਈ ਕਰਮੇ ਦੀ ਰਾਜੀ ਖੁਸ਼ੀ ਦੀ ਅਰਦਾਸ ਕੀਤੀ ਉਹਨਾਂ ਅਣਗੁਆਚ ਖੁਸ਼ੀ ਖੁਸ਼ੀ ਪਤਾਸੇ ਵੰਡੇ ਹੁਣ ਕਰਮੇ ਨੂੰ ਘਰ ਜਾਣ ਦਾ ਹੁਕਮ ਨਹੀਂ ਸੀ ਸ਼ਰਾਬ ਉਹਦੇ ਹੱਡਾਂ 'ਚ ਰਚ ਗਈ ਗੋਲੀਆਂ ਖਾਣ ਵਾਲਿਆਂ ਵਾਂਗੂੰ ਜਿੰਨਾ ਚਿਰ ਤੱਕ ਸਵੇਰੇ ਉੱਠ ਕੇ ਉਹ ਚੁੱਲਣਾ ਪੀਲੰਦਾ ਤੁਰਨ ਫਿਰਨ ਜੋਗਾ ਨਾ ਹੁੰਦਾ ਇੱਕ ਇੱਕ 2-2 ਰੁਪਈਆ ਦੀ ਖਾਤਰ ਮੰਗਤੇ ਆਵਾਂਗੂ ਡਰਾਈਵਰਾਂ ਮਾਲਕਾਂ ਦੀ ਅਮਿੰਤਾਂ ਕਰਦਾ ਰਹਿੰਦਾ ਜਿਨ੍ਹਾਂ ਹੱਥਾਂ ਨਾਲ ਕਦੇ ਉਹਨੇ ਮਾਨ ਨਾਲ ਖੋਕੇ ਖਾਦਾ ਸੀ ਉਹੀ ਹੱਥ ਉਹ ਜਣੇ ਖਣੇ ਮੂਰੇ ਫੈਲਾ ਦਿੰਦਾ ਬਾਹੂ ਰੁਪਈਆ ਦੇ ਨਾ ਇੱਕ ਲੈ ਦੇ ਨੁ ਰੁਪਈਆ ਨਾ ਗਰੀ ਨੂੰ ਜਾਂ ਗੱਡੀ ਸਾਫ ਕਰ ਜਾ ਕੇ ਪਹਿਲਾਂ ਕੋਈ ਝੜਕ ਦਿੰਦਾ ਕਰਮਾ ਸਿਰੋਂ ਮੈਲੀ ਕਚਲੀ ਪਾਗ ਲਾ ਕੇ ਗੱਡੀ ਦੀ ਸੋ ਸਾਫ਼ ਕਰਨ ਲੱਗ ਪੈਂਦਾ ਹੁਣ ਤਾਂ ਬਰਿਆਮ ਸਿੰਘ ਗਿਲਵੀ ਉਹਨੂੰ ਗਾਲ ਕੱਢ ਕੇ ਬੁਲਾਉਂਦਾ ਬਿੱਕਰ ਵੀ ਉਹਦੀ ਬਾਤ ਨਾ ਪੁੱਛਦਾ ਹਰ ਪਾਸਿਓਂ ਬੇਕਦਰਹੀ ਹੋਣ ਲੱਗੀ ਪਿੰਡ ਹੋਰ ਵੀ ਯਾਦ ਆਉਣ ਲੱਗਾ ਇੱਕ ਦਿਨ ਉਹਨੇ ਬਾਪੂ ਬੇਬੇ ਨੂੰ ਕਿਸੇ ਕੋਲੋਂ ਚਿੱਠੀ ਲਿਖਵਾਈ ਲਿਖ ਤੋਂ ਕਰਮ ਸਿੰਘ ਅੱਗੇ ਜੋਗ ਬਾਪੂ ਤੇ ਬੇਬੇ ਲਿਖਵਾ ਕੇ ਅੱਖਾਂ ਭਰ ਆਇਆ ਜਿਵੇਂ ਉਹਦੇ ਸਾਹਮਣੇ ਬੈਠੇ ਹੋਣ ਜਿਵੇਂ ਆਪਣੀ ਫਰਿਆਦ ਸੁਣਾਉਣ ਲੱਗਾ ਹੋਵੇ ਫਿਰ ਚਿਤ ਕਰੜਾ ਕਰਕੇ ਲਿਖਣ ਲੱਗਾ ਤੁਹਾਡੀ ਰਾਜੀ ਖੁਸ਼ੀ ਵੈਗਰੀ ਤੋਂ ਵੈਗਰੂ ਤੋਂ ਨੇਕ ਮੰਗਦਾਂ ਜੀ ਬਾਪੂ ਮੈਂ ਇੱਥੇ ਤਕੜਾ ਨਹੀਂ ਰਹਿੰਦਾ ਮੈਨੂੰ ਪਿੰਡ ਲੈ ਜਾ ਮੈਨੂੰ ਇੱਥੋਂ ਬਹੁਤ ਡਰ ਲੱਗਦਾ ਹੈ ਚਾਚੇ ਗਿੱਲ ਨੇ ਤੋਂ ਮੈਨੂੰ ਬਹੁਤ ਡਰ ਲੱਗਦਾ ਉਹਨੇ ਥੋੜਾ ਥੋੜਾ ਕਰਕੇ ਮੈਨੂੰ ਖਾ ਲਿਆ ਉਹਨੇ ਮੈਨੂੰ ਪਿੰਡ ਔਨ ਜੋਗਾ ਨਹੀਂ ਛੱਡਿਆ ਮੈਥੋਂ ਕੋਈ ਕੰਮ ਨਹੀਂ ਹੁੰਦਾ ਮੈਨੂੰ ਬਾਪੂ ਬੇਬੇ ਬਹੁਤ ਚੇਤੇ ਆਉਂਦੇ ਆ ਫਿਰ ਉਸ ਕੋਲੋਂ ਕੁਝ ਵੀ ਨਹੀਂ ਲਿਖਵਾਇਆ ਗਿਆ ਰੋਣ ਲੱਗ ਪਿਆ ਉਦੇ ਰੋਂਦੇ ਤੋਂ ਹੀ ਬਰਿਆਮ ਸਿੰਘ ਆ ਗਿਆ ਸੀ ਚਿੱਠੀ ਉਸ ਲਿਖਣ ਵਾਲੇ ਦੇ ਹੱਥੋਂ ਪੜ ਲਈ ਫਿਰ ਪਤਾ ਨਹੀਂ ਇਹ ਚਿੱਠੀ ਕਰਮੇ ਦੀ ਬੇਬੇ ਤੇ ਬਾਪੂ ਨੂੰ ਪਿੰਡ ਮਿਲੀ ਜਾਂ ਨਹੀਂ ਅਗਲੇ ਵਰੇ ਤ੍ਰਿਸਕਾਰ ਦੇ ਵਰੇ ਸੀ ਉਹ ਹੋਰ ਜਿਆਦਾ ਅਣਗੌਲੇ ਆ ਗਿਆ ਪਹਿਲਾਂ ਨਾਲੋਂ ਵੀ ਕਮਜ਼ੋਰ ਹੋ ਗਿਆ ਹੋਰ ਚਲੂ ਪੀਣ ਲੱਗ ਪਿਆ ਉਹ ਕਈ ਵਾਰ ਸੋਚਦਾ ਐਦੂ ਤਾਂ ਬੰਦਾ ਮਰਿਆ ਹੀ ਚੰਗਾ ਪਰ ਉਸ ਕੋਲੋਂ ਮਰਿਆ ਵੀ ਨਹੀਂ ਜਾ ਰਿਹਾ ਬਾਪੂ ਬੇਬੇ ਨੂੰ ਮਿਲਣ ਦੀ ਸੱਦਰ ਉਸ ਅੰਦਰ ਅਜੇ ਵੀ ਹੈ ਉਹ ਜੇ ਵੀ ਆਪਣਾ ਪਿੰਡ ਆਪਣੇ ਖੇਤ ਆਪਣੀਆਂ ਗਲੀਆਂ ਵੇਖਣਾ ਚਾਹੁੰਦਾ ਹੈ ਉਹ ਜੇ ਵੀ ਚਾਹੁੰਦਾ ਪਿੰਡ ਜਾ ਕੇ ਪਰਜਾਈਆਂ ਦੇ ਸਿਰੋਂ ਕੁਝ ਲਾ ਕੇ ਲੱਸੀ ਪੀ ਜਾਏ ਫੜੇ ਚ ਬੁੜਿਆਂ ਦੇ ਖੁੰਡੇ ਲੁਕੋ ਦੇਵੇ ਤੇ ਜਦੋਂ ਇਹ ਸਾਰਾ ਕੁਝ ਚੀਤੇ ਆਉਂਦਾ ਉਹ ਚਲੂ ਪੀ ਕੇ ਤਾਂ ਹਾਂ ਮਾਰਦਾ ਕੋਲ ਖੜੇ ਦੂਸਰੇ ਹੱਸਦੇ ਆ ਪਗਲਾ ਹੋ ਗਿਆ ਪਗਲਾ ਧੰਨ